ਆਸਟ੍ਰੇਲੀਅਨ ਸੀਨੇਟਰ ਫਰੇਜ਼ਰ ਅਨਿੰਗ ਨਿਊਜ਼ੀਲੈਂਡ ਦੇ ਕ੍ਰਾਈਸਟਚਰਚ ਮਸਜਿਦ 'ਚ ਹੋਈ ਗੋਲੀਬਾਰੀ ਦੇ ਪਿੱਛੇ ਦੀ ਅਸਲੀ ਵਜ੍ਹਾ ਤੇ ਆਪਣੀ ਵਿਵਾਦਿਤ ਟਿੱਪਣੀਆਂ ਤੋਂ ਬਾਅਦ ਫਿਰ ਤੋਂ ਸੁਰਖੀਆਂ 'ਚ ਆ ਗਏ ਨੇ। ਇੱਕ ਨੌਜਵਾਨ ਨੇ ਮੈਲਬਰਨ 'ਚ ਅਨਿੰਗ ਦੇ ਸਿਰ ਤੇ ਅੰਡਾ ਮਾਰ ਦਿੱਤਾ, ਉਹ ਵੀ ਉਸ ਵੇਲੇ ਜਦੋਂ ਮੀਡੀਆ ਨਾਲ ਗੱਲ ਕਰ ਰਹੇ ਸੀ। ਇਹ ਘਟਨਾ ਕੈਮਰਿਆਂ 'ਚ ਕੈਦ ਹੋ ਗਈ ਤੇ ਹੁਣ ਵੀਡੀਓ ਕਾਫੀ ਵਾਇਰਲ ਹੋ ਰਿਹਾ। ਤੁਸੀਂ ਵੀਡੀਓ ਵਿੱਚ ਅਨਿੰਗ ਨੂੰ ਕੈਮਰੇ ਤੇ ਗੱਲ ਕਰਦੇ ਵੇਖ ਸਕਦੇ ਹੋ। ਉਸ ਵੇਲੇ ਹੀ ਇੱਕ ਛੋਟੀ ਜਿਹੀ ਉਮਰ ਦਾ ਨੌਜਵਾਨ ਪਿੱਛੇ ਤੋਂ ਉਹਨਾਂ ਦੇ ਸਿਰ ਤੇ ਅੰਡਾ ਫੋੜ ਦਿੰਦਾ। ਗੁੱਸੇ ਵਿੱਚ ਸੀਨੇਟਰ ਪਿੱਛੇ ਮੁੜਦੇ ਨੇ ਤੇ ਉਸ ਨੌਜਵਾਨ ਨੂੰ ਇੱਕ ਥੱਪੜ ਮਾਰਦੇ ਨੇ। ਇਸ ਤੋਂ ਬਾਅਦ ਉੱਥੇ ਮੌਜੂਦ ਲੋਕ ਉਸ ਨੂੰ ਬਚਾਉਂਦੇ ਨੇ ਤੇ ਅਨਿੰਗ ਨੂੰ ਰੋਕਦੇ ਨੇ। ਪੁਲਿਸ ਨੇ ਨੌਜਵਾਨ ਨੂੰ ਹਿਰਾਸਤ 'ਚ ਲਿਆ ਤੇ ਫਿਰ ਬਿਨਾਂ ਕਿਸੇ ਆਰੋਪ ਦੇ ਰਿਹਾਅ ਕਰ ਦਿੱਤਾ। ਜ਼ਿਕਰਯੋਗ ਹੈ ਕਿ ਆਸਟ੍ਰੇਲੀਆਈ ਸੀਨੇਟਰ ਨੇ ਇੱਕ ਬਿਆਨ ਵਿੱਚ ਨਿਊਜ਼ੀਲੈਂਡ ਦੇ ਕ੍ਰਾਈਸਟਚਰਚ ਸ਼ਹਿਰ 'ਚ ਮਸਜਿਦਾਂ 'ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਹਿੰਸਾ ਲਈ ਮੁਸਲਿਮ ਇਮੀਗ੍ਰੇਸ਼ਨ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਇਸ ਹਮਲੇ ਵਿੱਚ 49 ਲੋਕ ਮਾਰੇ ਗਏ ਸਨ। ਉੱਥੇ ਹੀ ਆਸਟ੍ਰੇਲੀਆ ਦੇ PM ਸਕੌਟ ਮੋਰਿਸਨ ਨੇ ਅਨਿੰਗ ਦੀ ਟਿੱਪਣੀਆਂ ਨੂੰ ਆਸਟ੍ਰੇਲੀਆ 'ਚ ਕੋਈ ਜਗ੍ਹਾ ਨਹੀਂ ਤੇ ਬਦਸੂਰਤ ਕਹਿ ਕੇ ਨਿੰਦਾ ਕੀਤੀ ਹੈ। ਫਿਲਹਾਲ ਸੀਨੇਟਰ ਨੂੰ ਅੰਡਾ ਮਾਰਨ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ। ਬਿਊਰੋ ਰਿਪੋਰਟ, ਡੇਲੀ ਪੋਸਟ, ਪੰਜਾਬੀ। ਕੀ ਤੁਸੀਂ ਚਾਹੁੰਦੇ ਹੋ ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ? ਤੇ ਅੱਜ ਹੀ ਮਿਲੋ ਪਿਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ, ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਔਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੈਸ਼ਨ ਲਈ ਆਪਣਾ ਦਾਖਲਾ ਕਰਾਓ। ਤੁਸੀਂ ਕਾਲ ਕਰ ਸਕਦੇ ਹੋ 92563।